ਬਈ ਕਿੱਥੋਂ ਕਿੱਥੋਂ ਸਮਾਨ ਆਇਆ ਪਹਿਲਾਂ ਤਾਂ ਇਹ ਦੱਸੋ ਵੀ ਕਿੰਨੇ ਦਾ ਸਮਾਨ ਆਇਆ ਜਾਂ ਅੰਦਾਜ਼ਾ ਕੋਈ ਹੈ ਵੀ ਕਿੰਨੇ ਕੋ ਲਗਾ ਦੇ ਕਿ ਸ਼ੌਂਕ ਦੀ ਤਿਆਰ ਕਰਾਈ ਚੀਜ਼ ਦਾ ਮੁੱਲ ਨਹੀਂ ਹੁੰਦਾ ਪਰ ਫੇਰ ਵੀ ਵੀਰੇ ਪਹਿਲੀ ਗੱਲ ਤਾਂ ਇਹ ਆ ਪਹਿਲਾਂ ਆਪਾਂ ਨੂੰ ਸ਼ੌਂਕ ਸੀਗਾ ਟਰੈਕਟਰਾਂ ਦਾ ਪਹਿਲਾਂ ਹੀ ਖੇਤੀਬਾੜੀ ਕਰਦੇ ਰਹੇ ਆ ਡੈਡੀ ਵਰਗੇ ਫਿਰ ਆਪਾਂ ਲੱਗ ਗਏ ਖੇਤੀ ਕਰਨ ਜਿਹੜਾ ਇਹਦੇ ਸਮਾਨ ਲੱਗਾ ਹੋਇਆ ਲਾਈਟਾਂ ਮਿਰਰ ਲੱਗੇ ਹੋਏ ਆ ਰੇਸ ਸਟੀਅਰਿੰਗ ਲੱਗੇ ਹੋਏ ਸਾਰੇ ਅਮਰੀਕਾ ਚੋਂ ਇੰਪੋਰਟ ਕਰਾਏ ਜੀ ਆਪਾਂ ਪਹਿਲਾਂ ਤਾਂ ਟਾਇਰਾਂ ਦੀ ਗੱਲ ਕਰ ਲਈਏ ਹਾਂਜੀ ਤੇ ਉਦੋਂ ਪਹਿਲਾਂ ਵੀ ਗੱਲ ਕਰ ਲਈਏ ਇਹ ਜਿਹੜੀ ਆਈਟਮ ਆ ਹਾਂਜੀ ਇਹਦੇ ਨਾਲ ਜਿਹੜੀ ਜਿਹੜੀ ਐ ਜਦੋਂ ਚੱਲਦਾ ਟਰੈਕਟਰ ਐ ਜਾਣ ਕੱਢਦਾ ਜਾਂਦਾ ਜਦੋਂ ਐ ਹੌਲੀ ਹੌਲੀ ਹਾਂਜੀ ਵੀਰੇ ਇਹ ਆਪਾਂ ਜੀ ਵਿੰਟੇਜ ਗੱਡੀਆਂ ਦੇ ਵਿੱਚ ਅਜਿਹੇ ਰਿਮ ਹਾਂਜੀ ਅਸੀਂ ਦੇਖਣ ਨੂੰ ਇਹ ਬਈ ਸਪਿਨਰ ਨੇ ਆਪਣੇ ਅਮਨਦੀਪ ਬਾਈ ਆਪਣਾ ਫਗਵਾੜੇ ਤੋਂ ਉਹਨਾਂ ਨੇ ਤਿਆਰ ਕੀਤੇ ਜੀ ਸਪੈਸ਼ਲ ਕ੍ਰੋਮ ਵਾਲੇ ਸਪਿਨਰ ਨੇ ਜੀ ਤਾਂ ਬਿਲਕੁਲ ਉਹ ਤਸਵੀਰ ਜਦੋਂ ਚੱਲਦਾ ਤੇ ਉਦੋਂ ਜੋ ਬਣਦੀ ਆ ਉਹ ਵੀ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਬਹੁਤ ਘੱਟ ਜੀ ਟਰੈਕਟਰਾਂ ਦੇ ਵਿੱਚ ਇੱਕ ਸਪਿਨਰ ਹੀ ਪਾਇਆ ਹੁੰਦਾ ਪਰ ਆਪਣੇ ਟਰੈਕਟਰ ਦੇ ਡਬਲ ਸਪਿਨਰ ਜੀ ਜੀ ਤਾਂ ਐ ਫਿਰ ਦੋਰੀ ਚੱਕਰੀ ਘੁੰਮਦੀ ਆ ਹਾਂਜੀ ਤਾਂ ਉਸ ਤੋਂ ਬਾਅਦ ਆ ਜੀ ਬਾਈ ਜੀ ਇੱਥੇ ਤੁਸੀਂ ਇੱਕ ਖਾਸ ਸੈਟਅਪ ਲਵਾਇਆ ਹੋਇਆ ਹਾਂਜੀ ਇਹ ਕੇਸ ਸੋਚ ਨਾਲ ਲਵਾਇਆ ਇਹ ਬਾਈ ਕਿਵੇਂ ਬਣਿਆ ਹਾਂਜੀ ਇਹ ਬਾਈ ਪ੍ਰੈਸ਼ਰ ਹਾਰਨ ਲੱਗੇ ਹੋਏ ਨੇ ਇਹਦੇ ਵਿੱਚ ਇਹਦੇ ਵਿੱਚ ਟਰੱਕ ਵਾਲੇ ਹਾਰਨ ਵੀ ਲੱਗੇ ਹੋਏ ਨੇ ਤੇ ਇਹਦੇ ਉੱਪਰ ਬਾਈ ਟ੍ਰੇਨ ਵਾਲੇ ਹਾਰਨ ਲੱਗੇ ਹੋਏ ਆ ਉਹ ਅਮਰੀਕਾ ਤੋਂ ਇੰਪੋਰਟ ਕਰਾਏ ਹੋਏ ਆ ਉਹ ਉੱਪਰ ਲੱਗੇ ਹੋਏ ਨੇ ਟ੍ਰੇਨ ਯਾਨੀ ਕਿ ਰੇਲ ਗੱਡੀ ਰੇਲ ਗੱਡੀ ਵਾਲੇ ਹਾਰਨ ਜਿਹਨੂੰ ਕਹਿੰਦੇ ਤੇ ਉਹ ਹੁਣ ਫਿਰ ਇੱਥੇ ਹੁਣ ਲੈਣ ਵੀ ਪਛਾਉਣੀ ਪੈਣੀ ਆ ਨਹੀਂ ਨਹੀਂ ਬਾਈ ਇਹ ਫਿਰ ਬਾਈ ਕਿ ਮਤਲਬ ਹੁਣ ਇਹਦਾ ਤਾਂ ਪੁੱਛ ਸਕਦੇ ਆਪਾਂ ਵੀ ਕਿੰਨਾ ਕੋ ਆਇਆ ਉਧਰੋਂ ਮੰਗਾਉਣ ਦਾ ਖਰਚਾ ਕਿੰਨਾ ਗਿਆ ਇਹ ਤਾਂ ਦੱਸ ਦੇ ਮੰਗਾਉਣ ਤੇ ਤਾਂ ਬਾਈ ਪੁੱਛੇ ਹੀ ਨਾ ਬਹੁਤ ਖਰਚਾ ਆ ਗਿਆ ਪੋਰਟ ਤੇ ਉਦੋਂ ਦੁੱਗਣੇ ਲੱਗ ਗਏ ਆਪਣੇ ਇਸ ਚੀਜ਼ ਤੇ ਜਿੰਨੇ ਆਮ ਆਮ ਹਰਨ ਦੇ ਮੁਕਾਬਲੇ ਕਿੰਨੇ ਖਰਚਾ ਆ ਗਿਆ ਹੋਵੇਗਾ ਉਦੋਂ ਬਾਅਦ ਬਾਈ ਦੁੱਗਣਾ ਤਿੱਗਣੇ ਪੈਸੇ ਲੱਗ ਗਏ ਜੀ ਇਸ ਚੀਜ਼ ਤੇ ਤੇ ਆ ਲੱਗੇ ਹੋਏ ਨੇ ਜੇ ਇਹਨਾਂ ਮਿਰਰ ਦੀ ਗੱਲ ਕਰ ਲਈਏ ਤੇ ਮਿਰਰ ਵੀ ਜੀ ਟਰੱਕ ਦੇ ਮਿਰਰ ਨੇ ਜੀ ਇਹ ਵੀ ਬਾਹਰੋਂ ਇੰਪੋਰਟ ਕਰਾਏ ਹੋਏ ਆ ਅੱਛਾ ਟਰੱਕ ਦੇ ਮਿਰਰ ਹੋ ਗਏ ਤੇ ਟਰੱਕ ਦੀਆਂ ਬਾਈ ਆ ਲਾਈਟਾਂ ਸਾਰੀਆਂ ਜੋ ਲੱਗੀਆਂ ਹੋਈਆਂ ਆ ਸਾਈਡ ਵਾਲੀਆਂ ਇਹ ਵੀ ਟਰੱਕ ਦੀਆਂ ਹੀ ਨੇ ਬਾਈ ਤੇ ਬਾਈ ਜੇ ਉੱਤੇ ਮੈਂ ਕਹੂੰਗਾ ਕਿ ਇੱਕ ਵਾਰੀ ਦਿਖਾ ਦਈਏ ਕਿ ਜਦੋਂ ਤੁਸੀਂ ਆ ਕੇ ਇੱਥੇ ਬੈਠਦੇ ਹੋ ਤਾਂ ਸਾਰਾ ਕੁਝ ਵੱਡਾ ਟਰੱਕ ਦਾ ਰੇਲ ਗੱਡੀ ਦਾ ਸਮਾਨ ਆ ਗਿਆ ਤੇ ਸਟੀਅਰਿੰਗ ਬੜਾ ਕਿਊਟ ਦਾ ਫਿਰ ਹਾਂਜੀ ਬਾਈ ਇਹ ਰੇਸਿੰਗ ਕਾਰਾਂ ਦਾ ਸਟੀਅਰਿੰਗ ਹੈ ਇਹਨੂੰ ਕਸਟਮ ਸਟੀਅਰਿੰਗ ਕਹਿੰਦੇ ਆ ਬਾਈ ਇਹ ਇਹਦੇ ਉੱਤੇ ਸਪੈਸ਼ਲ ਮੰਗਵਾਇਆ ਜੀ ਆਪਾਂ ਇਹ ਵੀ ਅਮਰੀਕਾ ਦਾ ਇੰਪੋਰਟ ਹੈ ਤਾਂ ਬਿਲਕੁਲ ਜਦੋਂ ਇੰਨਾ ਤਗੜਾ ਤਗੜਾ ਸਮਾਨ ਲੱਗਿਆ ਤਾਂ ਉੱਤੇ ਸਟੀਅਰਿੰਗ ਬਹੁਤ ਹੀ ਪਿਆਰਾ ਜਿਹਾ ਕਿਊਟ ਜਿਹਾ ਤੇ ਜਿਹੜੇ ਥੱਲੇ ਤਾਕਤ ਬਹੁਤ ਆ ਕਿੰਨੇ ਹੋਰਸ ਪਾਵਰ ਇਹ ਜੀ 80 ਹੋਰਸ ਪਾਵਰ ਇੰਜਨ ਹੈ ਜੀ ਇਹਦੇ ਵਿੱਚ ਤੇ ਇਹਦਾ ਪੰਪ ਜੀ ਡੀਜ਼ਲ ਪੰਪ ਆ ਈਡੀਆਈ ਪੰਪ ਆ ਜੀ ਇਹਦੇ ਤੇ ਬਈ ਇਹ ਹੁਣ ਜਾਣਾ ਵੀ ਅਮਰੀਕਾ ਹੀ ਆ ਬਈ ਪਹਿਲਾਂ ਤਾਂ ਸਾਡੀ ਸੀਗੀ ਰਿਹਾ ਅਮਰੀਕਾ ਭੇਜਣ ਦੀ ਪਰ ਹੁਣ ਨਹੀਂ ਅਸੀਂ ਹੁਣ ਮਨ ਡੋਲ ਗਿਆ ਮਨ ਡੋਲ ਗਿਆ ਬਈ ਹੁਣ ਨਹੀਂ ਭੇਜਣੀ ਜਿਵੇਂ ਜਿਵੇਂ ਨਹੀਂ ਰੱਖਣਾ ਹਾਂ ਇਹਦੇ ਬਾਰੇ ਬਾਈ ਦੱਸ ਰਹੇ ਸੀ ਕਿ ਇਹ ਪ੍ਰੈਸ਼ਰ ਹਾਰਨ ਵਾਸਤੇ ਆ ਹਾਂਜੀ ਬਈ ਇਹ ਪ੍ਰੈਸ਼ਰ ਹਾਰਨ ਲੱਗੇ ਹੋਏ ਆ ਜੀ ਅੰਦਰ ਤੇ ਇਹ ਸਾਰਾ ਇਕੱਠਾ ਹੀ ਆ ਮਤਲਬ ਹਾਂਜੀ ਬਾਈ ਇਹ ਜਿਹੜੀ 에ਅਰ ਟੈਂਕ ਹੈ ਜੀ ਇਹ ਤਾਂ ਇੱਥੇ ਲੱਗਿਆ ਹੋਇਆ ਜਿਹੜਾ ਇਹਦਾ ਕੰਪਰੈਸ਼ਰ ਹੈ ਜੀ ਉਹ ਅੰਦਰ ਲੱਗਿਆ ਹੋਇਆ ਕਿ ਨਾ ਡਿਫਰੈਂਟ ਜੀ ਚੀਜ਼ ਕਰਨਾ ਚਾਹੁੰਦੇ ਸੀ ਆਪਾਂ ਇਹਦੇ ਵਿੱਚ ਜੀ 60-55 ਟਰੈਕਟਰ ਹੈ ਜੀ 2021 ਮਾਡਲ ਉਹਦਾ ਹਿੱਸਾ ਲਵਾਇਆ ਹੋਇਆ ਜੀ ਜਿਹੜਾ ਬੈਕ ਸਾਈਡ ਵਾਲਾ ਜੀ ਜੀ ਹਾਂਜੀ ਇਹ ਤਿੰਨ ਟਰੈਕਟਰਾਂ ਤੋਂ ਜੀ ਇੱਕ ਟਰੈਕਟਰ ਤਿਆਰ ਕੀਤਾ ਹੋਇਆ ਜੀ ਸਾਡਾ ਇਹਨੂੰ ਮਹਾਰਾਜ ਹੁਣ ਫਿਰ ਸੁਣਾਓ ਕੋਈ ਗਾਣੇ ਹੀ ਸੁਣਾ ਦਿਓ ਫਿਰ ਮੂਸੇ ਪਿੰਡ ਦੇ ਨੇੜੇ ਖੜਿਆ ਮੂਸੇ ਵਾਲਾ ਹੀ ਚਲਾ ਦਿਓ ਹਾਂਜੀ ਬਾਈ ਜੀ ਬਹੁਤ ਹਾਲ ਤੇ ਦੇ